ਕਹਿੰਦਾ ਯਾਰ ਉਹ ਸਰਸੇ ਵਾਲਾ ਗਾਣਾ ਸੁਣਾ। ਸਾਡੇ ਘਰ ਦੀ ਗੱਲ ਹੈ ਵੀਰੇ, ਮੇਰੀ ਸਕੀ ਤਾਈ ਆ ਜਦੋਂ ਪੰਚਕੂਲੇ ਵਾਲਾ ਕਾਂਡ ਹੋਇਆ ਨਾ, ਤੀਜੇ ਦਿਨ ਅਸੀਂ ਨੇ ਭਰੂੜ ਦੇ ਸਟੇਸ਼ਨ ਤੋਂ 2:45 ਫੜ ਕੇ ਲਿਆਂਦੀ ਹੈ। ਉਹ ਗੱਲ ਸੁਣਾਉਣ ਲੱਗਾ ਤੁਹਾਡੇ ਨਾਲ। ਕੀ ਕਹਿੰਦੀ? ਕਹਿੰਦੀ ਗੁਰਮੀਤੇ ਦੇ ਦਰਸ਼ਨ ਕਰਨੇ, ਕਹਿੰਦੀ ਗੁਰਮੀਤੇ ਦੇ ਦਰਸ਼ਨ ਕਰਨੇ, ਪ੍ਰੇਮੀਆਂ ਨਾਲ ਜਾ ਕੇ ਲਾਉਣੇ ਧਰਨੇ। ਉਹ ਕੀ ਪਤਾ ਸੀ ਛਿੱਤਰ ਵਰਨੇ ਡਿੱਗਦੀ ਪੈਂਦੀ ਆਈ, ਹੁਣ ਪੰਚਕੂਲੇ ਵੱਲ ਪਿੱਠ ਕਰਕੇ ਸੌਂਦੀ ਹੈ ਮੇਰੀ ਤਾਈ। ਹੁਣ ਸਰਸੇ ਵੱਲ ਨੂੰ ਸੇਧੀ ਮੂੰਹ ਨਹੀਂ ਕਰਦੀ ਮੇਰੀ ਤਾਈ। ਅਸੀਂ ਆਉਂਦੀ ਤਾਏ ਨੇ ਢਾ ਲਈ ਸੀ, ਆਉਂਦੀ ਤਾਏ ਨੇ ਢਾ ਲਈ ਸੀ, ਕਹਿੰਦਾ ਪੰਚਕੂਲੇ ਕੀ ਅੰਬ ਲੈਣ ਗਈ ਸੀ। ਹਾਲ ਦਹਾਈ ਦਿੰਦੀ ਪਈ ਸੀ, ਅਕਲ ਟਿਕਾਣੇ ਆਈ, ਹੁਣ ਪੰਚਕੂਲੇ ਵੱਲ ਪਿੱਠ ਕਰਕੇ ਸੌਂਦੀ ਹੈ ਮੇਰੀ ਤਾਈ। ਅੱਛਾ, ਹਲੇ ਵੀ ਪ੍ਰੇਮੀ ਜ਼ਹਿਰ ਘੋਲਦੇ, ਹਲੇ ਵੀ ਪ੍ਰੇਮੀ ਜ਼ਹਿਰ ਘੋਲਦੇ, ਪਿਤਾ ਜੀ ਪਿਤਾ ਜੀ ਰਹਿਣ ਬੋਲਦੇ, ਓਏ ਸਾਧ ਪਖੰਡੀ ਕੁਫਰ ਤੋਲਦੇ, ਸੰਭਲ ਜਾਓ ਏ ਭਾਈ, ਹੁਣ ਪੰਚਕੂਲੇ ਵੱਲ ਪਿੱਠ ਕਰਕੇ ਸੌਂਦੀ ਹੈ ਮੇਰੀ ਤਾਈ। ਸ਼ੇਰੋਂ ਵਾਲਾ ਮੱਟ ਸੱਚ ਕਹਿੰਦਾ, ਰੱਬ ਤੇ ਭਾਈ ਦਿਲ ਵਿੱਚ ਰਹਿੰਦਾ। ਸ਼ੇਰੋਂ ਵਾਲਾ ਮੱਟ ਸੱਚ ਕਹਿੰਦਾ, ਓਏ ਰੱਬ ਤੇ ਭਾਈ ਦਿਲ ਵਿੱਚ ਰਹਿੰਦਾ, ਪਾਪ ਦਾ ਮਹਿਲ ਢਹਿੰਦਾ ਹੀ ਢਹਿੰਦਾ, ਸੰਭਲ ਜਾਓ ਏ ਭਾਈ, ਹੁਣ ਪੰਚਕੂਲੇ ਵੱਲ ਪਿੱਠ ਕਰਕੇ ਸੌਂਦੀ ਹੈ ਮੇਰੀ ਤਾਈ। ਇੱਕ ਗੱਲ ਹੋਰ ਸੁਣਾਉਣ ਲੱਗਾ ਤੁਹਾਨੂੰ। ਮੇਰੇ ਸਰਜੀਤ ਭੁੱਲਰ ਨੇ ਗਾਣੇ ਗਾਏ ਸੀਗੇ, ਨਾਨਾ ਨਾਨਕੇ ਲੈ ਗਿਆ ਨਾ ਨਾ ਕਰਦੀ ਨੂੰ। ਇੱਕ ਬੰਦਾ ਮੇਰੇ ਕੋਲ ਆਇਆ, ਕਹਿੰਦਾ ਯਾਰ ਮੈਨੂੰ ਦੁਗਾਣਾ ਗਾਣਾ ਲਿਖ ਕੇ ਦੇ, ਜੋੜੀ ਦਾ ਗਾਣਾ, ਕਹਿੰਦਾ ਜਿਹੜਾ ਅੱਗ ਲਾ ਦੇ। ਮੈਂ ਉਹ ਪੰਚਕੂਲੇ ਵਾਲਾ ਕਾਂਡ ਜਾ ਉਦੋਂ ਹੋ ਕੇ ਹਟਿਆ ਸੀਗਾ। ਮੈਂ ਕਿਹਾ ਲਿਖ ਲੈ, ਕੁੜੀ ਦੇ ਬੋਲ ਲਿਖ ਲੈ। ਮੈਂ ਕਿਹਾ, ਕਹਿੰਦਾ ਕੁੜੀ ਕੀ ਕਹਿੰਦੀ ਹੈ? ਮੈਂ ਕਿਹਾ ਕੁੜੀ ਕਹਿੰਦੀ ਹੈ, ਇਕੱਠੇ ਹੋ ਗਏ ਸਿੱਖ ਵੇ ਸਾਰੇ, ਮੁਰਦਾਬਾਦ ਦੇ ਲਾਉਂਦੇ ਨਾਰੇ, ਕੋਈ ਕੁੰਡੀਆਂ ਕਿਰਪਾਨਾ, ਕੋਈ ਚੱਕੀ ਫਿਰਦਾ ਵਰਸੇ ਵੇ, ਸੌ ਲੱਗੇ ਤੈਨੂੰ ਮੇਰੀ ਜੇ ਹੁਣ ਤੂੰ ਜਾਵੇਂ ਸਰਸੇ ਵੇ। ਉਹ ਮੈਨੂੰ ਕਹਿੰਦਾ ਭਰਾਵਾ ਮਰਵਾਵੇਂਗਾ। ਮੈਂ ਕਿਹਾ ਹਜੇ ਮੁੰਡੇ ਵਾਲੇ ਬੋਲ ਤਾਂ ਸੁਣ ਲੈ। ਕਹਿੰਦਾ ਮੁੰਡੇ ਵਾਲੇ ਬੋਲ ਕੀ ਨੇ? ਮੁੰਡਾ ਕਹਿੰਦਾ, ਆ ਕੀ ਸੋਹਣੀਏ ਵਰਤਿਆ ਭਾਣਾ, ਸੌ ਤੇਰੀ ਸਰਸੇ ਨਹੀਂ ਜਾਣਾ। ਨਹੀਂ, ਆ ਕੀ ਸੋਹਣੀਏ ਵਰਤਿਆ ਭਾਣਾ, ਸੌ ਤੇਰੀ ਸਰਸੇ ਨਹੀਂ ਜਾਣਾ। ਮੈਂ ਨੰਗੀ ਤਲਵਾਰ ਦੇਖੀ ਨਿੰਗਾ ਦੇ ਲਾਭੇ ਦੀ, ਮੈਂ ਰਾਤੀ ਫੋਟੋ ਪਾੜ ਕੇ ਰੋਇਆ ਸਰਸੇ ਵਾਲੇ ਬਾਬੇ ਦੀ। ਥੈਂਕ ਯੂ ਸੋ ਮਚ, ਲਵ ਯੂ। ਬੜਾ ਹੀ